40 ਉੱਤੇ ਲਿਖਦੇ ਨੇ ਕਿ ਮੈਂ ਹਰ ਸਾਲ ਮਹਿਬੂਬੇ ਕਿਬਰੀਆ ਦਾ ਮਿਲਾਦ ਮਨਾਉਣਾ, ਲੰਗਰ ਤਕਸੀਮ ਕਰਨਾ ਪਕਾ ਕੇ। ਇੱਕ ਸਾਲ ਹਾਲਾਤ ਸਹੀ ਨਹੀਂ ਸਨ, ਮੇਰੇ ਕੋਲ ਪੈਸੇ ਇੰਨੇ ਕੋਈ ਸਨ, ਬੁਨੇ ਹੋਏ ਚਨੇ ਸਨ, ਉਹਨਾਂ 'ਤੇ ਮਿਲਾਦ ਪੜਿਆ ਅਤੇ ਉਹ ਹੀ ਮੈਂ ਤਕਸੀਮ ਕਰ ਦਿੱਤੇ। ਰਾਤ ਨੂੰ ਮੈਂ ਸੌਂ ਗਿਆ, ਕਿਸਮਤ ਜਾਗ ਉੱਠੀ, ਮੈਂ ਵੇਖਿਆ ਹਾਂ ਵਿੱਚ ਅੱਲਾਹ ਦੇ ਮਹਿਬੂਬ ਨੇ ਦੀਦਾਰ ਅਤਾ ਫਰਮਾਇਆ ਅਤੇ ਆਪਦੇ ਸਾਹਮਣੇ ਉਹ ਬੁਨੇ ਹੋਏ ਚਨੇ ਪਏ ਨੇ, ਵੇਖ ਕੇ ਮਸਰੂਰ ਹੋ ਰਹੇ ਨੇ, ਖੁਸ਼ ਹੋ ਰਹੇ ਨੇ। ਔਰ ਆਓ ਸ਼ਾਹ ਅਬਦੁਲ ਹੱਕ ਮੁਹੱਸਦ ਏਲਵੀ, ਇਹ ਵੀ ਬਹੁਤ ਵੱਡੀ ਹਸਤੀ ਹੈ, ਸ਼ਾਹ ਅਬਦੁਲ ਹੱਕ ਮੁਹੱਸਦ ਏਲਵੀ, ਆਪ ਦੀ ਕਿਤਾਬ ਹੈ ਅਖਬਾਰ ਉਲ ਅਖਿਆਰ, ਇਹਦਾ ਤਰਜਮਾ ਦਿਓ ਬੰਦੀਆਂ ਕੀਤਾ, ਸਫ਼ਾ 624 ਉੱਤੇ ਰਵਾਇਤ ਮੌਜੂਦ ਹੈ। ਆਪ ਅਰਥ ਕਰਦੇ, ਮੌਲਾ ਮੇਰਾ ਕੋਈ ਅਮਲ ਐਸਾ ਨਹੀਂ ਜਿਹੜੀ ਤੇਰੀ ਬਾਰਗਾਹ ਵਿੱਚ ਪੇਸ਼ ਕਰ ਸਕਾਂ, ਹਰ ਅਮਲ ਵਿੱਚ ਫਸਾਦੀਅਤ ਨਜ਼ਰ ਆਉਂਦੀ ਹੈ, ਹਾਂ ਤੇਰੇ ਫਜ਼ਲੋ ਕਰਮ ਨਾਲ ਇੱਕ ਮੇਰਾ ਅਮਲ ਐਸਾ ਵੇ ਕਿ ਹਰ ਸਾਲ ਤੇਰੇ ਮਹਿਬੂਬ ਦਾ ਮਿਲਾਦ ਮਨਾਉਣਾ ਵਾਂ ਅਤੇ ਕਿਆਮ ਵਿੱਚ ਖੜਾ ਹੋ ਕੇ ਦਰੂਦੋ ਸਲਾਮ ਪੜ੍ਹਨਾ ਵਾਂ। ਔਦਰਾ ਸ਼ਾਹ ਵਲੀ ਉੱਲਾ ਮੁਰਸ਼ਦ ਏਲਵੀ ਆਪਣੀ ਸ਼ੋਰਾ ਫਖਤਾ ਫਿਊਜ਼ਰ ਰਹਿਮਾਨ ਸਫ਼ਾ 27 ਉੱਤੇ ਲਿਖਦੇ ਨੇ ਔਰ ਮੰਨਦੇ ਨੇ, ਸਰਕਾਰ ਦੇ ਵਲਾਦਤ ਦੇ ਦਿਨ ਮੈਂ ਮੱਕਾ ਦੁਲਮ ਕਰਮਾ ਚਲਾ ਗਿਆ ਅਤੇ ਮੈਂ ਵੇਨਾ ਕੀਆਂ ਵੀ ਉੱਥੇ ਬੜੇ ਸਰਕਾਰ ਦੇ ਜਾਂ ਵਲਾਦਤ ਦੇ ਦੁਨੀਆ ਜਮਾਂ ਵੇ ਸਰਕਾਰ ਦੇ ਆਪਣਾ ਜਿਹੜੇ ਨੇ ਵਲਾਦਤ ਦੇ ਵਾਕਿਆਤ ਬਿਆਨ ਕਰ ਰਹੇ ਨੇ, ਦਰੂਦੋ ਸਲਾਮ ਪੜ੍ਹੇ ਨੇ ਅਤੇ ਖੁਸ਼ੀਆਂ ਮਨਾ ਰਹੇ ਨੇ। ਸਿਰਫ ਇਨਸਾਨ ਹੀ ਨਹੀਂ, ਅੱਲਾਹ ਦੇ ਫਰਿਸ਼ਤੇ ਵੀ ਆਏ ਨੇ, ਅੱਲਾਹ ਦੇ ਨੂਰਾਨੀ ਦੇ ਬੇਅਖਤਾ ਫਰਿਸ਼ਤੇ ਵੀ ਉਹ ਵੀ ਉੱਥੇ ਮੌਜੂਦ ਨੇ। ਅਤੇ ਅਲਹਮਦੁਲਿਲਾ ਜਦੋਂ ਸਰਕਾਰ ਦਾ ਗੁਲਾਮ ਗਿਆ ਮੱਕਾ ਦੁਲਮ ਕਰਮਾ, ਮੈਂ ਉਹ ਸਰਕਾਰ ਦੀ ਵਲਾਦਤਗਾਹ ਦੇ ਸਾਹਮਣੇ ਜਾ ਕੇ ਇੱਧਰ ਆਪਣਾ ਆਪ ਜ਼ਮਦਮ ਦੱਕੂ, ਮੈਂ ਵੀ ਪਿੱਛੇ ਮਰਵਾ ਪਹਾੜੀ ਹੈ, ਉੱਥੇ ਜਾ ਕੇ ਸਰਕਾਰ ਦੇ ਵਲਾਦਤ ਸਾਹਮਣੇ ਜਾ ਕੇ ਮੈਂ ਆਪਣਾ ਸਰਕਾਰ ਦੀ ਬਾਰਗਾਹ ਵਿੱਚ ਔਰ ਸਰਕਾਰ ਦੀ ਅੰਮੀ ਜਾਨ ਦੀ ਬਾਰਗਾਹ ਵਿੱਚ ਉੱਥੇ ਮਿਹਨਤ ਪੜੀ, ਮੈਂ ਉੱਥੇ ਜਾ ਕੇ ਬੇਸਾਖਤਾ ਮੇਰੀ ਜ਼ਬਾਨ ਤੋਂ ਔਰ ਅੱਖਾਂ 'ਚੋਂ ਆਂਸੂ ਨਿਕਲ ਰਹੇ ਨੇ, ਸਾਹਮਣੇ ਸਰਕਾਰ ਦੀ ਜੈ ਵਲਾਦਤ ਹੈ, ਉਹਨੂੰ ਹੁਣ ਪੀਲੇ ਰੰਗ ਦਾ ਤਕਰੀਬਨ ਉਹਨਾਂ ਪੇਂਟ ਕੀਤਾ ਆਇਆ ਵੇ ਅਤੇ ਉੱਥੇ ਜਾ ਕੇ ਮੈਂ ਅਰਜ਼ ਕੀਤੀ ਕਿ ਵਾਹ ਰੁੱਤ ਬਾਤ ਮੈਨਾ ਜੀਵਾ ਰੁੱਤ ਪਾ ਤੇਰਾ ਸਹੀ ਤਾ ਮੈਨਾ ਨੂਰ ਹੈ ਆਪ ਕਹਾ ਸੈਯਦਾ ਮੈਨਾ ਵਾਹ ਤੇਰਾ ਸੈਯਦਾ ਮੈਨਾ ਨੂਰ ਹੈ ਆਪ ਕਾ ਸੈਯਦਾ ਮੈਨਾ ਕਬ ਕਿਸੀ ਕੇ ਮੁਕੱਦਰ ਮੇ ਹੈ ਨਾ ਹੁਆ ਆਪਕੋ ਜੋ ਮਿਲਾ ਸੈਯਦਾ ਮੈਨਾ ਸਾਰੇ ਨਬੀਓ ਕਾ ਸੁਲਤਾਨ ਸਰਦਾਰ ਹੈ ਜੀ, ਸਾਰੇ ਨਬੀਓ ਸਰਦਾਰ ਹੈ ਆਪਕਾ ਲਾਡਲਾ ਸੈਯਦਾ ਮੈਨਾ। ਹੁਸਨ ਹੋਵੇ ਜਿਹਦੀ ਗਵਾਈ ਸੌਦਨ ਵੀ ਦੇ, ਸੱਚਾਈ ਹੋਵੇ ਜਿਹਦੀ ਗਵਾਈ ਮੁਨਕਰ ਵੀ ਦੇ। ਆਓ ਜ਼ਰਾ ਇਬਨੇ ਤੈਮੀਆਂ, ਨਜਦੀਆਂ ਦਾ ਬਹੁਤ ਵੱਡਾ ਇਮਾਮ, ਨਜਦੀਆਂ ਦਾ ਬਹੁਤ ਵੱਡਾ ਇਮਾਨ ਇਬਨੇ ਤੈਮੀਆਂ, ਇਹਦੀ ਕਿਤਾਬ ਇਕਤਦਾ ਸਰਾਤ ਮੁਸਤਕੀਮ ਸਫ਼ਾ 696-697 ਉੱਤੇ ਪਹਿਲੇ ਲਿਖਦਾ ਵੇ, ਕਹਿੰਦਾ ਕਿ ਸਾਈ ਲੋਕ ਈਸਾ ਅਲੈਹਿਸ ਸਲਾਮ ਦੀ ਵਲਾਦਤ ਮਨਾਉਂਦੇ ਸਨ ਔਰ ਮੁਸਲਮਾਨਾਂ ਨੇ ਵੀ ਆਪਣੇ ਆਕਾ ਦੀ ਮੁਹੱਬਤ ਦੇ ਨਾਲ ਇਹ ਮਨਾਉਣੀ ਸ਼ੁਰੂ ਕਰ ਦਿੱਤੀ ਹੈ। ਅੱਲਾਹ ਤਾਲਾ ਇਹਨਾਂ ਨੂੰ ਇਹਦਾ ਅਜਰਤਾ ਫਰਮਾਨ ਵਾਲਾ ਵੇ, ਅੱਲਾਹ ਤਾਲਾ ਇਹਦਾ ਅਜਰਤਾ ਫਰਮਾਨ ਵਾਲਾ ਵੇ। ਔਰ ਦਿਓਬੰਦੀਆਂ ਦੇ ਜਿਹੜੇ 6 ਹਕੀਮ ਅਲੂਮਤ ਨੇ, 6 ਇਮਾਮ ਨੇ, ਉਹਨਾਂ ਦੇ ਮੁਰਸ਼ਦ ਹਾਜੀ ਇਮਦਾਦ ਉੱਲਾ ਮਾਜਰ ਮੱਕੀ ਰਹਿਮਤੁੱਲਾ ਦਾ ਕਿਤਾਬ ਮੇਰੇ ਕੋਲ ਮੌਜੂਦ ਹੈ, ਫੈਸਲਾ ਹਫਤ ਮਸਲਾ, ਇਹ ਰਸ਼ੀਦ ਅਹਿਮਦ ਗੰਗੋਈ ਦੇ ਵੀ ਪੀਰ ਨੇ, ਇਹ ਅਸ਼ਰਫ ਅਲੀ ਥਾਨਵੀ ਦੇ ਵੀ ਪੀਰ ਨੇ, ਖਲੀਲ ਅਹਿਮਦ ਮੀਠਵੀ ਦੇ ਵੀ ਪੀਰ ਨੇ, ਇਹ ਜਿੰਨੇ ਵੀ ਇਹਨਾਂ ਦੇ ਦਿਓਬੰਦ ਇਮਾਮ ਨੇ, 6 ਦੇ ਪੀਰ ਹਾਜੀ ਇਮਦਾਦ ਉੱਲਾ ਮਾਜਰ ਮੱਕੀ ਰਹਿਮਤੁੱਲਾ ਤਾਲਾ ਲਈ ਕਿਤਾਬ ਮਸਲਾ ਹਫਤ ਮਫਤਾ, ਇਹਦੇ ਵੇਲੇ ਇਹਦੇ ਨੇ ਫਕੀਰ ਕਾ ਮਸ਼ਰਬ ਹੈ, ਫਕੀਰ ਕਾ ਮਸ਼ਰਬ ਹੈ, ਹਰ ਸਾਲ ਮਿਲਾਦ ਮੁਸਤਫਾ ਮੇਂ ਲੁਤਫ ਪਾਤਾ ਹੂੰ ਔਰ ਬਰਕਤ ਹਾਸਲ ਕਰਨੇ ਕੇ ਲੀਏ ਹਰ ਸਾਲ ਮੁਨੱਕਦ ਕਰਤਾ ਹੂੰ ਔਰ ਕਿਆਮ ਮੈਂ ਲੁਤਫ ਪਾਤਾ ਹੂੰ। ਅੱਲਾਹ ਅਕਬਰ ਕਬੀਰਾ, ਬੜਾ ਮਕਾਮ ਬੜੀ ਸ਼ਾਨ। ਔਦਰ ਆਲ ਸਊਦੀ ਹਕੂਮਤ ਤੋਂ ਪਹਿਲੇ ਮੱਕਾ ਸ਼ਰੀਫ ਸਰਕਾਰ ਜਾਂ ਵਲਾਦਤ ਮਿਲਾਦੁਨ ਨਬੀ ਮਨਾਈ ਜਾਂਦੀ ਹੈ ਔਰ ਮਦੀਨਾ ਸ਼ਰੀਫ ਮਸ ਨਬੀ ਸ਼ਰੀਫ ਮਨਾਈ ਜਾਂਦੀ, ਮੈਂ ਨਹੀਂ ਕਹਿੰਦਾ
بہت بڑے محدث علامہ جمال الدین المروح علامہ ابن جوزی رحمہ اللہ اپنی کتاب الملاد نبوی وچ اور شاہ ولی اللہ فی عذر حرمین وچ اور علامہ نائت احمد کاکور بھی تواریخ حبیب اللہ وچ لکھتے ہیں کہ اپنا مکہ شریف کثرت نہ جلیبیاں نکل دیاں تقسیم ہوں دیاں اور شریف مکہ کمانڈر حجاز یہ بہترین لباس پا کے یہ اپنا حرم شریف سرکار دی جائے ولادت جاندے نات خانی ہوں دی دوہاں پاسے لال ٹینا رات نو روشن ہوں دیاں دوہاں پاس دکانا تے روشنی کی تی جاندی وہ تے نا شریف کر کے واپس آندے اور مدینہ شریف وچ جڑا وے بس نبی شریف وچ ملاد شریف دی اپنا فرم منعقد ہوں دی تواریخ حبیب اللہ صفحہ 15 علامہ نائت احمد کاکور بھی لکھتے ہیں اور آؤدرا علامہ حافظ ابن کثیر رحمت اللہ تعالی انہاں دی کتاب البدایا ون نہایا 13ویں جلد صفحہ 137 اتے اپنا جڑا وے اے مطبوعہ دار الفکر بارود دی چھپی ہوئی ہے اپنا لبنان دی او دے وچ لکھتے ہیں کہ اپنا 630 ہجری اون 1446 800 سال پہلے آپ فرماندے ہیں کہ ابو سعید مظفر نامی بادشاہ وہ ہر سال اتے مکہ شریف سرکار دا ملاد مناندا ہوندا وے وہ ہر سال اپنا مکے تے مدینہ تے حجاز وچ یہ پانی اتے 3000 دینار خرچ کردا ہے اور پورے سال اپنے جڑا اودا اپنا مہمان ہنا شاہی اودے تے 1,00,000 دینار خرچ کردا ہے لیکن جدوں ہر سال سرکار دا ملاد مناندا ہے 3,00,000 دینار خرچ کردا ہے ایڈا وڈی محفل ملاد ہوندی ہے کہ 1,00,000 پنیر دیاں ٹکڑیاں تقسیم ہوندیاں نے اور 30,000 مٹھائی دیاں ڈلیاں تقسیم ہوندیاں نے یہ کون پہ لکھدے نے علامہ حافظ ابن کثیر البدایا ونہایا 13ویں جلد صفحہ 137 اتے پہ لکھدے نے تے ہون بھی الحمدللہ ایس ایل ویڈیو میرے کول موجود اس سال ملاد دے جلوس دی مکے وچ قیادت امام کعبہ نے کیتی ہے اور مدی اس بعد مدینہ شریف کی بھی ڈی ایم ایل کو موجود سرکار دے ملازم اتھے جدو جلوس نبی شریف درود السلام پڑھے جا رہے ہیں اتھے ایک سرکار دے غلام نے اپنا ملاد دے لڈو تقسیم کیتے میں خود ویکھیا لال رومال والا جڑا شرک بدعت دے فتوے لاندا سی اونے بھی ملاد دے لڈو تناول کیتے نے اے بھی میں پوری ویڈیو موجود رکھی ہے اور آئیے میں بہت وڈی دلیل دین لگا 7ویں پارہ سورہ المائدہ آیت نمبر 114 عیسیٰ روح اللہ تشریف فرما نے